ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਿੱਥੋਂ ਬਿਲੋਂਗ ਕਰਦੇ ਹੋ ਅਤੇ ਆਪ ਜੀ ਦਾ ਡੇਰਾ ਅਸਥਾਨ ਕਿੱਥੇ ਹੈ? ਸਾਡਾ ਅਸਥਾਨ ਪਿੰਡ ਅਲੀ ਮਾਜਰਾ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਦਾਸ ਮਹੰਤ ਸ਼ਮਸ਼ੇਰ ਸਿੰਘ ਜੀ ਅਲੀ ਮਾਜਰੇ ਵਾਲੇ। ਸਤਾਰੇ ਚੈਨਲ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਏ ਜਿਹੜੇ ਸਾਰੇ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਨੇ। ਬਾਬਾ ਜੀ ਅੱਜ ਜਿਹੜੇ ਵਿਵਾਦ ਚੱਲ ਰਹੇ ਨੇ ਫੇਸਬੁੱਕ 'ਤੇ ਤੁਸੀਂ ਦੇਖ ਰਹੇ ਹੋਣੇ ਹੋ, ਸੋਸ਼ਲ ਮੀਡੀਆ 'ਤੇ ਜੋ ਅੱਜ ਇੱਕ ਐਨ ਜੀ ਓਜ਼ ਜਿਹੜੀਆਂ ਚੱਲ ਰਹੀਆਂ ਗੋਲਡੀ ਪੀ ਪੀ ਅਨਮੋਲ ਕੁਆਤਰਾ ਜੀ ਅਤੇ ਜੋ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਬਾਰੇ ਬਹੁਤ ਕੁਝ ਸੁਣਨ ਨੂੰ ਮਿਲ ਰਿਹਾ ਕਿ ਉਹ ਫਰੋਡ ਕਰਦੇ ਨੇ, ਉਹ ਆਪਣੇ ਅਕਾਊਂਟ 'ਚ ਪੈਸੇ ਪਵਾ ਕੇ ਅੱਗੇ ਨਹੀਂ ਪਹੁੰਚਾਉਂਦੇ, ਤੁਸੀਂ ਕਿਹੜੀ ਨਜ਼ਰ ਨਾਲ ਦੇਖਦੇ ਹੋ? ਦੇਖੋ ਜਿਹੜੀਆਂ ਇਹ ਟੀਮਾਂ ਨੇ ਜਿਵੇਂ ਅਮੋਲ ਕੁਆਤਰਾ ਏ, ਇਹਦੇ ਐਨ ਜੀ ਓ ਦਾ ਕੋਈ ਅਕਾਊਂਟ ਨੰਬਰ ਨਹੀਂ ਹੈਗਾ। ਜਦਕਿ ਦੇਖੋ ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ, ਪਰ ਉਹਨਾਂ ਦੇ ਮੈਂ ਕੰਮ ਦੇਖੇ ਨੇ, ਉਹਦਾ ਐਨ ਜੀ ਓ ਦਾ ਕੋਈ ਅਕਾਊਂਟ ਨੰਬਰ ਨਹੀਂ ਹੈਗਾ। ਉਹ ਆਪਣੇ ਡੋਨਰਾਂ ਨੂੰ ਬੁਲਾਉਂਦੇ ਨੇ, ਸਿੱਧੇ ਪੇਸ਼ੈਂਟਾਂ ਨੂੰ ਬੁਲਾਉਂਦੇ ਨੇ। ਮੈਂ ਸੁਣਿਆ ਸੀ ਇੱਕ ਡਾਕਟਰ ਵੀ ਬੋਲ ਰਹੀ ਸੀ ਇਹ ਕਿਉਂ ਬੋਲਦੇ ਨੇ ਉਹਨਾਂ ਦੇ ਖਿਲਾਫ਼, ਕਿਉਂਕਿ ਇਹਨਾਂ ਨੇ ਆਪ ਤਾਂ ਕੋਈ ਦਾਨ ਨਹੀਂ ਦੇਣਾ ਅਤੇ ਇਹ ਜਿਹੜੀਆਂ ਐਨ ਜੀ ਓ ਨੇ ਇਹਨਾਂ ਨੂੰ ਕਮਿਸ਼ਨ ਨਹੀਂ ਦਿੰਦੀਆਂ, ਤਾਂ ਇਹਨਾਂ ਦੇ ਖਿਲਾਫ਼ ਬੋਲਿਆ ਜਾਂਦਾ ਏ। ਅਤੇ ਜਿਹੜੇ ਬਾਹਰੋਂ ਬੋਲਦੇ ਨੇ ਉਹਨਾਂ ਨੇ ਤਾਂ ਕਦੇ ਇੱਕ ਰੁਪਈਆ ਪਹਿਲਾਂ ਹੀ ਕਹਿੰਦੇ ਸੀ ਕਿਸੇ ਸੰਤ ਨੂੰ ਦਾਨ ਨਾ ਕਰੋ, ਕਿਸੇ ਡੇਰਿਆਂ ਨੂੰ ਦਾਨ ਨਾ ਕਰੋ। ਜਾਂ ਜੇ ਡੇਰੇ ਬਣੇ ਆ, ਸੰਸਥਾ ਬਣੀਆਂ ਨੇ, ਇਹਨਾਂ ਨੇ ਬਹੁਤ ਜ਼ੋਰ ਲਾ ਕੇ ਦੇਖ ਲਿਆ। ਹੁਣ ਸਾਡੀ ਰਾੜਾ ਸਾਹਿਬ ਦੀ ਸੰਪਰਦਾਏ ਕਿਆ ਇਹਨਾਂ ਦੇ ਕਹਿਣ ਤੋਂ ਉੱਥੋਂ ਦਾਨ ਆਉਣ ਤੋਂ ਬੰਦ ਹੋ ਗਿਆ? ਕਿਆ ਇਹਨਾਂ ਦੇ ਕਹਿਣ ਤੋਂ ਉੱਥੋਂ ਲੜੀਆਂ ਬੰਦ ਹੋ ਗਈਆਂ? ਕਿਆ ਉੱਥੇ ਦੇ ਕੀਰਤਨੀਏ ਬੰਦ ਹੋ ਗਏ? ਇਹਨਾਂ ਨੇ ਨਾਨਕਸਰ ਤੋਂ ਬੜੀਆਂ ਟਿੱਪਣੀਆਂ ਕੀਤੀਆਂ, ਕਿਆ ਉੱਥੇ ਲੜੀਆਂ ਬੰਦ ਹੋ ਗਈਆਂ? ਕਿਆ ਸੰਪਟ ਪਾਠ ਬੰਦ ਹੋ ਗਏ? ਕਿਉਂਕਿ ਜਿਹੜਾ ਸੱਚ ਦਾ ਰਸਤਾ ਏ, ਜਿਹੜਾ ਕੋਈ ਵੀ ਸੱਚ ਦੇ ਰਸਤੇ 'ਤੇ ਚੱਲੇਗਾ ਉਹਦੇ ਉੱਤੇ ਉਂਗਲਾਂ ਉੱਠਣਗੀਆਂ। ਪਰ ਮੈਂ ਇਹਨਾਂ ਵੀਰਾਂ ਨੂੰ ਇਹ ਬੇਨਤੀ ਕਰਦਾ ਏ, ਜਿਵੇਂ ਅਮੋਲ ਕੁਆਤਰਾ ਜੀ ਹੈ, ਹੁਣ ਇਹਦੀ ਬੈਕਗ੍ਰਾਊਂਡ ਇੰਨੀ ਅੱਛੀ ਹੈ ਕਿ ਘਰੋਂ ਰਿਚ ਫੈਮਿਲੀ ਦਾ ਬੱਚਾ ਇਹ ਬੜਾ ਵਧੀਆ ਏ ਅਤੇ ਨਵੀਂ ਉਮਰ ਦਾ ਬੱਚਾ ਏ, ਜਦਕਿ ਸਾਨੂੰ ਇਹਦਾ ਸਾਥ ਦੇਣਾ ਚਾਹੀਦਾ ਏ, ਇਹਦੀ ਹੌਸਲਾ ਵਧਾਈ ਕਰਨੀ ਚਾਹੀਦੀ ਹੈ। ਅਤੇ ਅਸੀਂ ਤਾਂ ਇਹਨਾਂ 'ਤੇ ਟਿੱਪਣੀਆਂ ਲਾ ਲਾ ਕੇ ਇਹਨਾਂ ਨੂੰ ਕਹਿੰਦੇ ਹਾਂ ਵੀ ਇਹ ਐਨ ਜੀ ਓ ਚਲਾ ਕਿਉਂ ਰਹੇ ਹੈ? ਜਿਹੜੇ ਬੋਲਣ ਵਾਲੇ ਨੇ ਉਹ ਤਾਂ ਕਦੇ ਇੱਕ ਰੁਪਈਆ ਦਾਨ ਨਹੀਂ ਦਿੰਦੇ, ਉਹਨਾਂ ਨੇ ਕਦੇ ਦਿੱਤਾ ਹੀ ਨਹੀਂ ਹੋਣਾ। ਤੁਸੀਂ ਕਿਹੜੇ ਲੋਕ ਸਮਝਦੇ ਹੋ ਜਿਹੜੇ ਇਹਨਾਂ 'ਤੇ ਟਿੱਪਣੀਆਂ ਕਰਦੇ ਨੇ? ਕਿਹੋ ਜਿਹੇ ਲੋਕ ਨੇ ਉਹ? ਆਮ ਲੋਕ ਉਹ ਜਿਹੜੇ ਲੋਕ ਟਿੱਪਣੀਆਂ ਕਰਦੇ ਨੇ ਉਹ ਲੋਕ ਉਹ ਨੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਮੰਨਣ ਵਾਲੇ। ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਲੋਕ ਬੋਲਦੇ ਨੇ, ਇਹ ਕਦੇ ਕਹਿੰਦੇ ਨੇ ਅਸੀਂ ਕਿਸੇ ਨੂੰ ਮੂੰਹ ਤੋਂ ਲਿਆ, ਉਹ ਆਪ ਉਹਨਾਂ ਨੇ ਕਦੇ ਰੁਪਈਆ ਭੇਜਿਆ ਕਿਸੇ ਨੂੰ? ਆਪ ਤਾਂ ਕਦੇ ਕਿਸੇ ਦੀ ਹੈਲਪ ਕੀਤੀ ਹੈ? ਮੈਂ ਜਾਣਦਾ ਏ ਇੱਕ ਲੇਡੀਜ਼ ਦੇ ਸ਼ਾਇਦ ਰੋਡ ਦੇ ਉੱਤੇ ਕਿਸੇ ਬੱਚੀ ਦੇ ਕੋਲ ਉੱਥੇ ਜਨਮ ਲੈ ਲਿਆ ਬੱਚੇ ਨੇ, ਅਮੋਲ ਕੁਆਤਰਾ ਨੇ ਉਸ ਬੱਚੀ ਨੂੰ ਚੁੱਕ ਕੇ ਹੌਸਪੀਟਲ ਲੈ ਕੇ ਗਿਆ। ਅਤੇ ਜਿੰਨੇ ਵੀ ਰਸਤੇ ਦੇ ਵਿੱਚ ਕੋਈ ਹੁੰਦਾ ਏ ਐਸਾ ਜਿਹਨੂੰ ਲਾਗ ਨੂੰ ਲੰਘੀ ਜਾਂਦੇ ਹਾਂ, ਆਪਾਂ ਚੁੱਕਦੇ ਤੱਕ ਨਹੀਂ, ਆਪਾਂ ਦੇਖਦੇ ਤੱਕ ਦੀ ਨਹੀਂ। ਇਹ ਬੱਚੇ ਜਦੋਂ ਜਾਂਦੇ ਨੇ ਉਹਨਾਂ ਨੂੰ ਹੱਥ ਲਾਉਣ ਨੂੰ ਦਿਲ ਨਹੀਂ ਕਰਦਾ ਹੁੰਦਾ, ਕਈ ਵਾਰੀ ਕਿਸੇ ਦਾ ਸਰੀਰ ਇੱਦਾਂ ਦਾ ਹੁੰਦਾ, ਇਹ ਆਪਣੇ ਹੱਥੀਂ ਸੇਵਾ ਕਰਦੇ ਨੇ। ਰਹੀ ਗੱਲ ਗੋਲਡੀ ਦੀ, ਜਿਹੜਾ ਗੋਲਡੀ ਹੈ, ਗੋਲਡੀ ਇੱਕ ਪੁਲਿਸ ਮੁਲਾਜ਼ਮ ਹੈ, ਠੀਕ ਹੈ ਨਾ, ਉਹ ਆਪਣੀ ਨੌਕਰੀ ਵੀ ਕਰਦਾ ਏ। ਉਹ ਰਾਤਾਂ ਨੂੰ ਜਾ ਜਾ ਕੇ ਉਹਨਾਂ ਝੁੱਗੀਆਂ ਵਾਲੇ, ਉਹਨਾਂ ਝੌਂਪੜੀਆਂ ਵਾਲੇ ਜਿੱਥੇ ਨਾ ਸਾਡੀ ਸਰਕਾਰ ਦੇਖਦੀ ਹੈ, ਨਾ ਸਾਡੇ ਜਿੱਡੇ ਕਹਿੰਦੇ ਨਾ ਦਾਨੀ ਦਾਨੀ ਸੱਜਣ, ਉਹਨਾਂ ਲੋਕਾਂ ਨੂੰ ਦੇਖਦੇ ਨੇ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ ਬਹੁਤ ਕੁਛ ਹੈ, ਅਤੇ ਉਹ ਜਾ ਕੇ ਕਿਉਂ ਇੱਕ ਗਰੀਬ ਦੀ ਹੈਲਪ ਕਰਦੇ ਨੇ? ਉਹ ਕਈਆਂ ਦੇ ਘਰ ਬਣਾਏ ਨੇ, ਉਹਦੇ ਨਾਲ ਇੱਕ ਪੁਨੀਤ ਬੱਚਾ ਹੈਗਾ ਏ, ਸ਼ਾਇਦ ਉਹ ਵੀ ਪੁਲਿਸ ਦੇ ਵਿੱਚ ਹੈਗਾ ਏ। ਦੇਖੋ ਮੈਂ ਇਹਨਾਂ ਨੂੰ ਕਦੇ ਮਿਲਿਆ ਨਹੀਂ, ਪਰ ਮੈਂ ਇਹਨਾਂ ਦੇ ਕੰਮ ਦੇਖੇ ਨੇ। ਕਈ ਵਾਰੀ ਅਸੀਂ ਜਿੱਥੇ ਇਹਨਾਂ ਨੇ ਕੰਮ ਕੀਤੇ ਨੇ, ਜਿਨ੍ਹਾਂ ਦੀ ਇਹਨਾਂ ਨੇ ਹੈਲਪ ਕੀਤੀ ਹੈ, ਮੈਂ ਉਹਨਾਂ ਲੋਕਾਂ ਨੂੰ ਵੀ ਕਈਆਂ ਨੂੰ ਜਾਣਦਾ ਏ। ਅਤੇ ਇਹਨਾਂ ਨੇ ਜਿਹੜੇ ਘਰ ਬਣਾਏ ਨੇ, ਮੈਨੂੰ ਦੱਸੇ ਜਿਹੜੇ ਬੋਲਣ ਵਾਲੇ ਨੇ, ਕਿਸੇ ਦਾ ਬਣਾਇਆ ਇਹਨਾਂ ਨੇ ਘਰ? ਕਿਸੇ ਨੂੰ ਜਾ ਕੇ ਪੁੱਛਿਆ ਏ? ਆ ਅਨਮੋਲ ਕੁਆਤਰਾ ਨੂੰ ਰਾਤ ਨੂੰ ਜਾ ਕੇ ਲੋਕ ਕਹਿ ਦਿੰਦੇ ਨੇ ਅੱਧੀ ਰਾਤ ਵੀ ਸਾਡਾ ਮਰੀਜ਼ ਹੌਸਪੀਟਲ ਦੇ ਵਿੱਚ ਹੈ, ਅੱਧੀ ਰਾਤ ਦੱਸੋ ਮੈਨੂੰ ਕੌਣ ਡੋਨੇਸ਼ਨ ਦੇਣ ਵਾਸਤੇ ਆਉਂਦਾ? ਉਹ ਬੱਚਾ ਇਹੋ ਜਿਹਾ ਜਿਹਨੇ ਆਪਣੇ ਜੇਬ ਤੋਂ ਖਰਚਾ ਕਰਕੇ ਮਰੀਜ਼ ਦਾ ਇਲਾਜ ਕਰਾਇਆ, ਚਾਹੇ ਬਾਅਦ ਦੇ ਵਿੱਚ ਠੀਕ ਹੈ ਕੋਈ ਡੋਨੇਸ਼ਨ ਦਿੰਦਾ ਠੀਕ ਹੈ, ਪਰ ਹੁਣ ਗੋਲਡੀ ਜੀ ਹੈ, ਉਹਨਾਂ ਨੂੰ ਕਹਿੰਦੇ ਤੁਸੀਂ ਗੱਡੀਆਂ ਕਿੱਥੋਂ ਲੈ ਲਈਆਂ? ਇਹ ਪਹਿਲਾਂ ਵੀ ਸਵਾਲ ਉਠਾਉਂਦੇ ਸੀ, ਸੰਤ ਕੀਰਤਨ ਕਰਦੇ ਨੇ, ਸਾਧੂ ਕੀਰਤਨ ਕਰਦੇ ਨੇ, ਹੁਣ ਸਾਡੀ ਮੈਂ ਨਿਰਮਲਿਆ ਸੰਪਰਦਾ ਤੋਂ ਹੈਗਾ ਏ, ਸਾਡੀ ਸੰਪਰਦਾ ਨਿਰਮਲਿਆ ਅਖਾੜੇ ਤੋਂ ਹੈ। ਹੁਣ ਸਾਡੇ ਜਿੰਨੇ ਵੀ ਡੇਰੇ ਨੇ, ਚਾਹੇ ਉਹ ਛੋਟੀ ਸੰਪਰਦਾ ਚਾਹੇ ਵੱਡੀ, ਉਹਨਾਂ ਨੂੰ ਇੱਕ ਸਾਧਨ ਤਾਂ ਚਾਹੀਦਾ ਨਾ ਜਾਣ ਵਾਸਤੇ। ਉਹ ਪਰਮੇਸ਼ੁਰ ਦੀ ਮਰਜ਼ੀ ਹੈ, ਸਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ, ਉਹਦੇ ਕੋਲ ਗੱਡੀ ਛੋਟੀ ਹੈ ਜਾਂ ਵੱਡੀ ਹੈ। ਇਹ ਤਾਂ ਕਹਿੰਦੇ ਅਸੀਂ ਕਲੰਗੀਧਰ ਦੇ ਪੁੱਤਰ ਹੈ, ਰਾਜੇ ਦਾ ਪੁੱਤ ਹੋਵੇ ਟੁੱਟਿਆ ਵਾ ਹੋਵੇ ਸਾਈਕਲ ਚੰਗਾ ਨਹੀਂ ਲੱਗਦਾ। ਜੇ ਅਸੀਂ ਕਲੰਗੀਧਰ ਦੇ ਪੁੱਤਰ ਹੈ ਨਾ,
ਸਾਡੇ ਵਾਸਤੇ ਤਾਂ ਜਹਾਜ਼ ਵੀ ਕੁਝ ਨਹੀਂ ਹੈਗਾ। ਪਰ ਬਾਬਾ ਜੀ ਇਲਜ਼ਾਮ ਲੱਗੇ ਨੇ ਉਹਨਾਂ ਤੇ ਕਿ ਉਹ 100 ਚੋਂ 20% ਯੂਜ਼ ਕਰਦੇ ਨੇ ਤੇ 80% ਆਪਣਾ ਢਿੱਡ ਪਾਲਦੇ। ਇਹ ਇਲਜ਼ਾਮ ਲਾਏ ਕਿਹਨਾਂ ਨੇ? ਉਹਨਾਂ ਲੋਕਾਂ ਨੇ ਲਾਏ ਹੈ ਜਿਨ੍ਹਾਂ ਨੇ ਕਦੇ ਦਾਨ ਨਹੀਂ ਦਿੱਤਾ, ਜਿਨ੍ਹਾਂ ਨੂੰ ਜਿਨ੍ਹਾਂ ਦੀ ਹੈਲਪ ਕੀਤੀ ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਤਾਂ ਸਹੀ। ਇਹ ਇੰਡੀਆ ਹੈ, ਤੁਸੀਂ ਕਿਸੇ ਦੇ ਖਿਲਾਫ਼ ਵੀ ਕਹੋਗੇ, ਕਿਸੇ ਨੂੰ 4 ਪੈਸੇ ਦੇ ਦਿਉ ਤਾਂ ਖਿਲਾਫ਼ ਵੀ ਬੋਲ ਲੇਗਾ। ਐਡੇ ਐਡੇ ਸਾਧੂ ਮਹਾਤਮਾ ਅਤੇ ਹੋਰ ਤਾਂ ਇਹਨਾਂ ਨੇ ਐਡੇ ਐਡੇ ਇਲਜ਼ਾਮ ਲਾ ਦਿੱਤੇ, ਪਰ ਇੱਕ ਗੱਲ ਯਾਦ ਰੱਖਿਓ, ਹਮੇਸ਼ਾ ਹੀ ਸੱਚ ਦਾ ਸਾਥ ਦੁਨੀਆ ਦਿੰਦੀ ਹੈ ਅਤੇ ਪਰਮੇਸ਼ੁਰ ਵੀ ਸੱਚ ਦਾ ਸਾਥ ਦਿੰਦਾ ਹੈ। ਕਹਿੰਦੇ ਜਿਹੜਾ ਸੂਰਜ ਹੈ ਨਾ, ਚੜ੍ਹਦਾ ਸੂਰਜ ਦੇਖ ਕੇ ਉੱਲੂ ਘਬਰਾਏ। ਇਹਨਾਂ ਦੀਆਂ ਸੰਸਥਾ ਵਧੀਆ ਚੱਲਦੀਆਂ ਨੇ, ਬਹੁਤ ਵਧੀਆ ਸੇਵਾ ਕਰਦੇ ਨੇ ਬੱਚੇ, ਇਹਨਾਂ ਦੇ ਉੱਤੇ ਉਂਗਲੀਆਂ ਉਠਾਉਣੀਆਂ ਨੇ, ਪਰ ਉਹ ਉੱਲੂ ਨੇ ਜਿਹੜੇ ਉਠਾਉਂਦੇ ਨੇ ਉਂਗਲੀਆਂ, ਉਹਨਾਂ ਦੀ ਦੇਖਣੀ ਉੱਲੂ ਵਰਗੀ ਹੈ। ਪਰ ਜਦੋਂ ਸੂਰਜ ਦਾ ਪ੍ਰਕਾਸ਼ ਹੋਵੇ ਨਾ, ਉੱਥੇ ਛੋਟੇ ਛੋਟੇ ਕੁਝ ਨਹੀਂ ਕਰ ਸਕਦੇ। ਪਰ ਬਾਬਾ ਜੀ ਕਈ ਲੋਕਾਂ ਨੇ ਕਿਹਾ ਵੀ ਸਾਨੂੰ ਜਿਹੜਾ ਐਨ ਜੀ ਓ ਨੂੰ ਪੈਸਾ ਆਉਂਦਾ ਉਹਦਾ ਸਾਨੂੰ ਹਿਸਾਬ ਚਾਹੀਦਾ, ਇਹਨੂੰ ਇਹ ਗੱਲ ਨੂੰ ਤੁਸੀਂ ਕਿੰਨਾ ਕੁ ਵਧੀਆ ਸਮਝਦੇ? ਦੇਖੋ, ਜਿਨ੍ਹਾਂ ਨੇ ਦਾਨ ਦੇਣਾ ਉਹਨੇ ਹਿਸਾਬ ਨਹੀਂ ਪੁੱਛਣਾ। ਜਿਹਨੇ ਦਾਨ ਦੇਣਾ ਉਹਨੇ ਸਾਡੇ ਡੇਰਿਆਂ ਨੂੰ ਦਾਨ ਆਉਂਦਾ ਹੈ, ਸਾਡੀ ਸੰਸਥਾ ਨੂੰ ਦਾਨ ਆਉਂਦਾ ਹੈ, ਸਾਡੇ ਅਖਾੜਿਆਂ ਨੂੰ ਦਾਨ ਆਉਂਦਾ ਹੈ। ਕਿਸੇ ਨੇ ਨਹੀਂ ਪੁੱਛਿਆ ਅੱਜ ਤੱਕ ਐਨ ਜੀ ਓ ਦਾਨ ਜਿਹਨੇ ਦੇਣਾ ਉਹਨੇ ਤਾਂ ਪੁੱਛਿਆ ਨਹੀਂ। ਜਿਹੜੇ ਪੁੱਛਣ ਵਾਲੇ ਉਹ ਦਾਨ ਦਿੰਦੇ ਨਹੀਂ, ਉਹ ਦੱਸਣ ਵੀ ਉਹਨਾਂ ਨੇ ਦਾਨ ਦਿੱਤਾ ਹੈ ਕੋਈ। ਤੁਹਾਨੂੰ ਲੱਗਦਾ ਨਹੀਂ ਜੀ ਵੀ ਆਪਣੇ ਜਿਹੜੇ ਜੇ ਅੱਜ ਡਾਕਟਰ ਵੀ ਉਂਗਲੀਆਂ ਉਠਾਉਂਦੇ ਨੇ ਨਾ, ਡਾਕਟਰ ਵੀ ਤਾਂ ਉਂਗਲੀਆਂ ਉਠਾਉਂਦੇ ਨੇ। ਦੇਖੋ ਹੁਣ ਮੋਦੀਖਾਨਾ ਖੁੱਲ੍ਹਿਆ ਹੈ ਲੁਧਿਆਣੇ ਦੇ ਵਿੱਚ, ਕਿੰਨਾ ਕੁਛ ਹੋਇਆ ਉਸ ਮੋਦੀਖਾਨੇ ਪਿੱਛੇ, ਕਿੰਨਾ। ਇੱਕ 8 ਰੁਪਏ ਦਾ ਪੱਤਾ ਸਾਨੂੰ 200 ਰੁਪਏ ਦਾ ਮੈਡੀਕਲ ਵਾਲੇ ਦੇ ਰਹੇ ਨੇ, ਉਹ ਕਿਉਂ ਨਹੀਂ ਬੋਲਣਗੇ? ਉਹਨਾਂ ਦੀ ਕਮਾਈ ਖਤਮ ਹੁੰਦੀ ਹੈ, ਉਹਨਾਂ ਡਾਕਟਰਾਂ ਦਾ ਕਮਿਸ਼ਨ ਖਤਮ ਹੁੰਦਾ ਹੈ, ਤਾਂ ਇੰਜੀਆਂ ਤੋਂ ਖਿਲਾਫ਼ ਚੱਲਦੇ ਨੇ। ਪਰ ਜਿਹੜੇ ਗਰੀਬ ਬੰਦੇ ਨੇ ਉਹਨਾਂ ਦੀ ਗਰੀਬੀ ਵੱਲ ਨਹੀਂ ਦੇਖਿਆ ਜਾਂਦਾ, ਉਹਨੂੰ ਨਿਚੋੜਿਆ ਜਾਂਦਾ ਵੀ ਗਰੀਬ ਵਿੱਚੋਂ ਕੱਢ ਲਓ ਜੇ ਨਿਕਲਦਾ ਹੈ। ਅਸੀਂ ਗਰੀਬ ਨੂੰ ਆਪਣੇ ਬਰਾਬਰ ਦਾ ਨਹੀਂ ਕਰਦੇ, ਅਸੀਂ ਗਰੀਬ ਨੂੰ ਕਹਿੰਦੇ ਖਤਮ ਹੋ ਜਾਵੇ। ਜੇ ਅੱਜ ਕੋਈ ਤਾਂ ਸਾਧੂ ਸਮਾਜ ਦਾ ਕੋਈ ਵੀ ਤੁਸੀਂ ਦੇਖੋ, ਰਾੜਾ ਸਾਹਿਬ ਜਦੋਂ ਮਰਜ਼ੀ ਜਾਓ ਤੁਹਾਨੂੰ ਲੰਗਰ ਮਿਲੇਗਾ, ਤੁਹਾਨੂੰ ਰਹਿਣ ਵਾਸਤੇ ਰਿਹਾਇਸ਼ ਮਿਲੇਗੀ, ਨਾਨਕਸਰ ਜਾਓ ਉੱਥੇ ਤੁਹਾਨੂੰ ਲੰਗਰ ਮਿਲੇਗਾ, ਰਿਹਾਇਸ਼ ਮਿਲੇਗੀ, ਸਭ ਕੁਛ ਮਿਲੇਗਾ। ਮੈਨੂੰ ਦੱਸੋ, ਜੇ ਸੰਤਾਂ ਨੇ ਡੇਰੇ ਬਣਾਏ ਨੇ, ਸਾਧੂਆਂ ਨੇ ਡੇਰੇ ਬਣਾਏ ਨੇ, ਅਤੇ ਉੱਥੇ ਉਹਨਾਂ ਨੂੰ ਦੱਸੋ, ਪੁੱਛ ਕੇ ਦੇਖੋ ਵੀ ਉੱਥੇ ਪੁੱਛਿਆ ਜਾਂਦਾ ਤੂੰ ਹਿੰਦੂ ਹੈ, ਤੂੰ ਮੁਸਲਮਾਨ ਹੈ, ਤੂੰ ਸਿੱਖ ਹੈ, ਤੂੰ ਉੱਥੇ ਜਿਹੜਾ ਮਰਜ਼ੀ ਜਾਵੇ, ਕਿਸੇ ਨੂੰ ਕੋਈ ਉਹ ਨਹੀਂ। ਇਸੇ ਤਰ੍ਹਾਂ ਹੀ ਐਨ ਜੀ ਓ ਹੈ, ਇਹਦੇ ਵਿੱਚ ਇਹ ਨਹੀਂ ਪੁੱਛਿਆ ਜਾਂਦਾ ਤੂੰ ਕਿਹੜੀ ਬਰਾਦਰੀ ਦਾ ਏ, ਤੇਰੇ ਕੋਲ ਕੀ ਹੈ ਕੀ ਨਹੀਂ, ਉਹਦੀ ਹੈਲਪ ਕੀਤੀ ਜਾਂਦੀ ਹੈ। ਅਸੀਂ ਤਾਂ ਇਹਨਾਂ ਬੱਚਿਆਂ ਦੇ ਨਾਲ ਹੈ, ਸਤਿਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਕਰਦੇ ਹਾਂ, ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਇਹਨਾਂ ਨੂੰ, ਅਤੇ ਰਹਿਣਗੇ ਵੀ। ਕੀ ਸਲਾਹ ਕੀ ਦੇਣਾ ਚਾਹੋਗੇ ਜਿਹੜੇ ਪੀ ਪੀ ਗੋਲਡੀ, ਪੁਨੀਤ ਵੀਰ ਜੀ ਅਤੇ ਆਪਣੇ ਅਨਮੋਲ ਕੁਆਤਰਾ ਜੀ ਨੂੰ, ਕੀ ਸਲਾਹ ਦੇਣਾ ਚਾਹੋਗੇ ਆਪਣੇ ਵੱਲੋਂ? ਦੇਖੋ ਜੀ, ਮੈਂ ਤਾਂ ਇਹ ਗੱਲ ਕਹਿੰਦਾ ਏ ਅਮੋਲ ਕੁਆਤਰਾ ਜੀ ਨੂੰ ਵੀ ਬੱਚਾ ਜਿੰਨਾ ਮਰਜ਼ੀ ਦੁਨੀਆ ਜੋ ਮਰਜ਼ੀ ਕਹੇ, ਤੂੰ ਸੇਵਾ ਦੇ ਵਿੱਚ ਜੁਟਿਆ ਰਹਿਣਾ, ਲੱਗਿਆ ਰਹਿਣਾ, ਠੀਕ ਹੈ ਨਾ। ਤੇਰਾ ਪਰਮੇਸ਼ੁਰ ਸਾਥ ਦੇ ਰਿਹਾ ਏ, ਇਹ ਜਿੰਨੀ ਵੀ ਸੰਗਤ ਹੈ ਜਿਹੜੇ ਡੋਨੇਸ਼ਨ ਤੈਨੂੰ ਦੇ ਰਹੇ ਨੇ, ਇਹ ਰੱਬ ਦਾ ਰੂਪ ਬਣ ਕੇ ਆ ਰਹੇ ਨੇ, ਠੀਕ ਹੈ ਨਾ। ਮੈਂ ਗੋਲਡੀ ਨੂੰ ਵੀ ਇਹੀ ਗੱਲ ਕਹਿਣਾ ਚਾਹੁੰਦਾ ਏ ਵੀ ਘਬਰਾਉਣ ਦੀ ਗੱਲ ਨਹੀਂ, ਇੱਕ ਗੱਡੀਆਂ ਦੀ ਗੱਲ ਕਰਦੇ ਨੇ, ਕੱਲ੍ਹ ਨੂੰ ਇਹਨਾਂ ਨੇ ਬਹੁਤ ਕੁਛ ਕਹਿਣਾ ਏ। ਅਤੇ ਜਿਹੜਾ ਉਹਦੇ ਨਾਲ ਦੂਸਰਾ ਪੁਨੀਤ ਬੱਚਾ ਏ, ਉਹਨੂੰ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਏ ਕਿ ਬੱਚਾ ਕਿਸੇ ਪਾਸੇ ਘਬਰਾਉਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਜਿਹੜਾ ਹਾਥੀ ਹੁੰਦਾ ਨਾ, ਉਹ ਆਪਣੀ ਚਾਲ ਚੱਲਦਾ, ਕੁੱਤੇ ਬਹੁਤ ਭੌਂਕਦੇ ਨੇ ਪਰ ਉਹਦੇ ਨੇੜੇ ਨਹੀਂ ਆਉਂਦੇ। ਇਹ ਲੋਕ ਬੋਲਣ ਵਾਲੇ ਨਹੀਂ, ਨੇੜੇ ਆਉਣ ਵਾਲਾ ਕੋਈ ਨਹੀਂ, ਇਹ ਬੋਲਦੇ ਨੇ, ਇਹ ਅੱਜ ਬਾਹਰੋਂ ਕਹਾਉਂਦੇ ਨੇ, ਕੱਲ੍ਹ ਨੂੰ ਇਹਨਾਂ ਨੇ ਇੰਡੀਆ ਤੋਂ ਵੀ ਤੁਹਾਨੂੰ ਗੱਲਾਂ ਕਹਾਉਣੀਆਂ ਨੇ। ਅਤੇ ਜਿਹੜੇ ਲੋਕ ਇਹਨਾਂ ਦੀ ਨਿੰਦਿਆ ਕਰ ਰਹੇ ਨੇ ਜੀ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਨਿੰਦਿਆ ਕਿਹਦੀ ਨਹੀਂ ਹੋਈ? ਗੁਰੂ ਨਾਨਕ ਦੀ ਨਿੰਦਿਆ ਨਹੀਂ ਹੋਈ? ਇਹ ਅੱਜ ਨਹੀਂ ਹੋ ਰਹੀ? ਜਦੋਂ ਸਾਡੇ ਗੁਰੂਆਂ ਦੀ ਨਿੰਦਿਆ ਕਰਨ ਲੱਗੇ ਨੇ ਲੋਕ ਟਲਦੇ, ਸਾਧੂਆਂ ਦੀ ਨਿੰਦਿਆ ਕਰਨ ਲੱਗੇ ਨੇ ਲੋਕ ਟਲਦੇ, ਅਤੇ ਜਦੋਂ ਅਸੀਂ ਇਸ ਰਸਤੇ 'ਤੇ ਚੱਲੇ ਹੈ, ਉਸ ਮਾਲਕ ਦੀ ਮਰਜ਼ੀ ਹੈ, ਜੋ ਨਿੰਦਿਆ ਕਰਾ ਕੇ ਰਾਜੀ, ਅਸੀਂ ਉਹਦੇ 'ਚ ਵੀ ਖੁਸ਼ ਹਾਂ, ਪਰ ਆਪਣੀ ਸੇਵਾ ਨਹੀਂ ਛੱਡਣੀ। ਭਾਈ ਘਨੱਈਆ ਦੀ ਵੀ ਨਿੰਦਿਆ ਹੋਈ ਸੀ, ਪਰ ਵਡਿਆਈ ਭਾਈ ਘਨੱਈਏ ਨੂੰ ਮਿਲੀ ਹੈ। ਇਸ ਕਰਕੇ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਬੱਚਾ ਪਿੱਛੇ ਹਟਣ ਦੀ ਲੋੜ ਨਹੀਂ, ਜਿੱਥੇ ਸਾਡੀ ਲੋੜ ਪਵੇ, ਜਿੱਥੇ ਸਾਡੇ ਸੰਤ ਸਮਾਜ ਦੀ ਲੋੜ ਪਵੇ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਬਾਬਾ ਜੀ, ਤੁਹਾਨੂੰ ਲੱਗਦਾ ਨਹੀਂ ਗਾ ਵੀ ਕਿਧਰੇ ਨਾ ਕਿਧਰੇ ਜਿਸ ਤਰ੍ਹਾਂ ਲੋਕਾਂ ਦੇ ਮੁਤਾਬਕ, ਹਾਂਜੀ, ਵੀ ਇਹ ਅੱਜ ਲੋਕਾਂ ਵਿੱਚ ਇੰਨਾ ਪਿਆਰ ਬਣ ਗਿਆ ਇਹਨਾਂ ਦਾ ਕਿ ਕੱਲ੍ਹ ਨੂੰ ਇਹ ਪੋਲੀਟੀਸ਼ੀਅਨ ਜਾ ਸਕਦੇ ਨੇ? ਦੇਖੋ, ਜਿਹੜੇ ਸੇਵਾ ਭਾਵਨਾ ਵਾਲੇ ਬੰਦੇ ਆ, ਉਹਨਾਂ ਨੇ ਸਿਆਸਤ ਤੋਂ ਕੁਝ ਨਹੀਂ ਲੈਣਾ। ਮੈਂ ਨਹੀਂ ਮੰਨਦਾ ਕਿ ਆਉਣਗੇ, ਇਹ ਉਹਨਾਂ ਉਹ ਲੋਕ ਤਾਂ ਹੀ ਇਹ ਗੱਲ ਉਠਾਉਂਦੇ ਨੇ ਕਿਉਂਕਿ ਇਹਨਾਂ ਨੇ ਦੁਨੀਆ ਦੇ ਮਨਾਂ ਦੇ ਵਿੱਚ ਜਗ੍ਹਾ ਬਣਾ ਲਈ। ਉਹ ਕੱਲ੍ਹ ਉਹਨਾਂ ਨੂੰ ਆਪਣੀਆਂ ਟਿਕਟਾਂ ਦਾ ਖਤਰਾ ਏ ਵੀ ਸਾਨੂੰ ਕਿਤੇ, ਜਿਵੇਂ ਹੁਣ ਇਹ ਕਹਿੰਦੇ ਨੇ ਇਹ ਡੇਰਿਆਂ ਦੇ ਵੀ ਜਾਂਦੇ ਨੇ
ਵੱਡੇ ਵੱਡੇ ਡੇਰਿਆਂ ਦੇ ਨਾਲ ਜੁੜੇ ਹੋਏ ਨੇ ਲੀਡਰ ਕਿਉਂ ਜੁੜਦੇ ਨੇ ਇਹ ਸੋਚਦੇ ਵੀ ਸਾਨੂੰ ਡੇਰਿਆਂ ਵਾਲੇ ਜਿਹੜੇ ਨੇ ਉਹ ਸਾਨੂੰ ਵੋਟਾਂ ਪਾਉਣਗੇ ਪਰ ਜਿਹੜੀ ਇਹ ਸੰਸਥਾ ਬਣੀ ਹੋਈ ਹੈ ਇਹਨਾਂ ਨੇ ਕਦੇ ਇਹ ਨਹੀਂ ਆਉਣਗੇ ਸਿਆਸਤ ਦੇ ਵਿੱਚ ਅਤੇ ਇਹਨਾਂ ਨੂੰ ਟਿਕਟ ਦੀ ਵੀ ਲੋੜ ਨਹੀਂ ਜਿਨ੍ਹਾਂ ਨੂੰ ਪਰਮੇਸ਼ਰ ਨੇ ਦੁਨੀਆ ਦੇ ਹਿਰਦਿਆਂ ਦੇ ਵਿੱਚ ਮਨਾਂ ਦੇ ਵਿੱਚ ਵਸਾ ਕੇ ਉਹਨਾਂ ਨੂੰ ਪਹਿਲਾਂ ਹੀ ਹੀਰੋ ਬਣਾ ਦਿੱਤਾ ਅਤੇ ਇਹ ਹੀਰੋ ਬਣਾ ਕੀ ਕਰਨਾ ਕਿ 5 ਸਾਲ ਬਣ ਗਏ 5 ਸਾਲ ਬਾਅਦ ਫਿਰ ਦੇਖਾਂਗੇ ਮੈਂ ਨਹੀਂ ਇਹ ਗੱਲ ਨੂੰ ਮੰਨਦਾ ਬਾਬਾ ਜੀ ਤੁਸੀਂ ਕਦੀ ਉਹਨੂੰ ਮਿਲੇ ਨਹੀਂ ਗਏ ਤੁਸੀਂ ਆਪ ਕਿਹਾ ਵੀ ਅਸੀਂ ਕਦੀ ਅਨਮੋਲ ਜੀ ਨੂੰ ਜਾਂ ਪੀਪੀ ਗੋਲਡੀ ਜਾਂ ਪੁਨੀਤ ਨੂੰ ਮਿਲੇ ਨਹੀਂ ਗਏ ਫਿਰ ਵੀ ਤੁਸੀਂ ਉਹਨਾਂ ਦੇ ਹੱਕ ਵਿੱਚ ਹੋ ਅਤੇ ਉਹਨਾਂ ਤੋਂ ਮੈਂ ਉਹਨਾਂ ਨੂੰ ਨਹੀਂ ਮਿਲਿਆ ਪਰ ਮੈਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਿੰਨੀਆਂ ਵੀ ਵੀਡੀਓ ਹੁੰਦੀਆਂ ਨੇ ਮੈਂ ਸਾਰੀਆਂ ਵੇਖਦਾ ਹੈ ਜਿੰਨੀ ਵੀ ਸਾਡੇ ਕੋਲ ਸੰਗਤ ਆਉਂਦੀ ਹੈ ਅਕਸਰ ਮੇਰਾ ਵਿਚਾਰ ਚੱਲਦਾ ਰਹਿੰਦਾ ਹੈ ਦੇਖੋ ਦੁਨੀਆ ਦੇ ਵਿੱਚ ਐਸੀਆਂ ਸੰਸਥਾ ਬਹੁਤ ਨੇ ਜਿਹੜੀਆਂ ਲੜਕੀਆਂ ਦੇ ਵਿਆਹ ਕਰਦੇ ਨੇ ਮੈਂ ਕਿਸੇ ਦੇ ਬਾਰੇ ਕੁਝ ਨਹੀਂ ਬੋਲਦਾ ਪਰ ਮੈਂ ਜੇ ਇੱਕ ਬੰਦਾ ਮਾੜਾ ਕਹਿਣ ਵਾਲਾ ਹੈ ਤਾਂ 50 ਬੰਦੇ ਉਹਨਾਂ ਨੂੰ ਸਹੀ ਕਹਿਣ ਵਾਲੇ ਨੇ ਅਤੇ ਉਹਨਾਂ ਲੋਕਾਂ ਦੇ ਮੈਂ ਜਦੋਂ ਵੇਖਦਾ ਹੈ ਉਹ ਕਿਸੇ ਦੀ ਘਰ ਛੱਤ 'ਚ ਆਉਂਦੀ ਮੀਂਹ ਪੈਂਦੇ ਵਿੱਚ ਵੀ ਜਾਂਦੇ ਨੇ ਕਿਸੇ ਦਾ ਪੁੱਤਰ ਮਰ ਗਿਆ ਉਹਨੂੰ ਜੱਫੀ ਪਾ ਕੇ ਮਿਲਣਾ ਕਿ ਅੱਜ ਤੋਂ ਬਾਅਦ ਮੈਂ ਤੇਰਾ ਪੁੱਤ ਹੈ ਇਹ ਗੱਲ ਕਹਿ ਦੇਣੀ ਬਹੁਤ ਸੌਖੀ ਹੁੰਦੀ ਹੈ ਪਰ ਨਿਭਾਉਣੀ ਬਹੁਤ ਔਖੀ ਹੈ ਇਹ ਗੱਲ ਕਹਿ ਦੇਣੀ ਬਹੁਤ ਸੌਖੀ ਹੈ ਫਿਰ ਹਰ ਮਹੀਨੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਰਾਸ਼ਨ ਦੇਣਾ ਮੈਂ ਇੱਕ ਬਜ਼ੁਰਗ ਮਾਤਾ ਦੇਖ ਰਿਹਾ ਸੀਗਾ ਉਹ ਜਦੋਂ ਉਹਨੇ ਵੇਖਿਆ ਗੋਲਡੀ ਨੂੰ ਵੇਖ ਕੇ ਤਾਂ ਉਹਨੇ ਘੁੱਟ ਕੇ ਆ ਕੇ ਜੱਫੀ ਪਾ ਲਈ ਯਾਰ ਜੇ ਉਹਦੇ ਹਿਰਦੇ ਦੇ ਵਿੱਚ ਉਹਦੇ ਪ੍ਰਤੀ ਪਿਆਰ ਹੈ ਤਾਂ ਉਸ ਮਾਂ ਨੇ ਜੱਫੀ ਪਾਈ ਹੈ ਤਾਂ ਹੀ ਪਾਈ ਹੈ ਨਾ ਅਤੇ ਫਿਰ ਅੱਜ ਕਹਿਣ ਵਾਲੇ ਤਾਂ ਬਹੁਤ ਕੁਛ ਕਹਿੰਦੇ ਨੇ ਪਰ ਮੈਂ ਇਹ ਗੱਲ ਸੰਗਤ ਨੂੰ ਕਹਿਣਾ ਚਾਹੁੰਦਾ ਹੈ ਕਿ ਦੇਖੋ ਆਪ ਅਸੀਂ ਕਹੀਏ ਕਿ ਕਿਸੇ ਦੀ ਹੈਲਪ ਕਰੋ ਸਾਡੇ ਕੋਲ ਟਾਈਮ ਨਹੀਂ ਸਾਡੇ ਕੋਲ ਪੈਸਾ ਨਹੀਂ ਇਹ ਗੱਲ ਆਪਾਂ ਕਹਿੰਦੇ ਹਾਂ ਨਾ ਹਰ ਬੰਦਾ ਆਹ ਲੋਕਡਾਊਨ ਦੇ ਵਿੱਚ ਕਿੰਨੇ ਕੁ ਲੋਕ ਸੀ ਜਿਨ੍ਹਾਂ ਨੇ ਸੇਵਾ ਕੀਤੀ ਇਹ ਗੱਲਾਂ ਕਰਨ ਵਾਲੇ ਜਿਹੜੇ ਅੱਜ ਕਰਦੇ ਨੇ ਕਿੰਨੇ ਕੁ ਕਿਸੇ ਦੀ ਹੈਲਪ ਕੀਤੀ ਹੈ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਇਸ ਬਿਮਾਰੀ ਦੇ ਵਿੱਚ ਪਰ ਦੇਖਿਆ ਨਹੀਂ ਗਿਆ ਅਤੇ ਕਿੰਨੀ ਕੁ ਸਾਡੀ ਗੌਰਮੈਂਟ ਨੇ ਹੈਲਪ ਕੀਤੀ ਹੈ ਜੇ ਗੌਰਮੈਂਟ ਨੇ ਵੀ ਕੀਤੀ ਆ ਉਹਨਾਂ ਘਰਾਂ ਨੂੰ ਰਾਸ਼ਨ ਦਿੱਤਾ ਹੈ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਜਾਣ ਪਛਾਣ ਪਰ ਇਹਨਾਂ ਨੇ ਤਾਂ ਜਾਣ ਪਛਾਣ ਦੀ ਕੋਈ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਤਾਂ ਵੇਖਿਆ ਵੀ ਹਾਂ ਮਜਬੂਰ ਹੈ ਜਾ ਕੇ ਮਦਦ ਕੀਤੀ ਸਾਰੇ ਲੋਕਾਂ ਦੀ ਕੀਤੀ ਹੈ ਕਿਉਂਕਿ ਜਦੋਂ ਤੱਕ ਸੱਚ ਦੇ ਉੱਤੇ ਚੱਲੂਗੇ ਨਾ ਵਿਰੋਧ ਹੋਏਗਾ ਪਰ ਮੈਂ ਕਹਿਣਾ ਚਾਹੁੰਦਾ ਹੈ ਅਮਲੋਰ ਕਵਾਤਰਾ ਜੀ ਨੂੰ ਵੀ ਅਤੇ ਪੀ ਪੀ ਗੋਲਡੀ ਨੂੰ ਵੀ ਅਤੇ ਪੁਨੀਤ ਨੂੰ ਵੀ ਪਿੱਛੇ ਹਟਣ ਦੀ ਲੋੜ ਨਹੀਂ ਇਹ ਦੁਨੀਆ ਬਹੁਤ ਕੁਛ ਬੋਲੇਗੀ ਨਾ ਪਿੱਛੇ ਹਟਣਾ ਨਾ ਤੁਹਾਡੀ ਡੋਨੇਸ਼ਨ ਘਟੇਗੀ ਇਹ ਵਧੇਗੀ ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਿੰਦਕ ਹਮਰੇ ਕੱਪੜੇ ਧੋਏ ਇਹ ਜਿਹੜੇ ਨਿੰਦਿਆ ਕਰਨ ਵਾਲੇ ਹੈ ਨਾ ਇਹ ਸਾਡੇ ਅੱਜ ਪਾਪ ਧੋ ਰਹੇ ਨੇ ਅਤੇ ਧੋਂਦੇ ਰਹਿਣਗੇ ਇਹ ਨਿੰਦਿਆ ਹੁੰਦੀ ਰਹਿਣ ਦਿਓ ਠੀਕ ਹੈ ਨਾ ਮਹਾਰਾਜ ਕਹਿੰਦੇ ਜੇ ਤੁਸੀਂ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਕਹਿੰਦੇ ਜੇ ਉਹਦੀ ਨਜ਼ਰ ਦੇ ਵਿੱਚ ਨਾ ਆਵੇ ਨਾ ਤਾਂ ਜਿੰਨਾ ਮਰਜ਼ੀ ਦੁਨੀਆ ਦੇ ਵਿੱਚ ਵਡਿਆਈ ਕਰਾ ਲਿਓ ਉਹਨੇ ਬਾਤ ਨਹੀਂ ਪੁੱਛਣੀ ਕਿਸੇ ਨੇ ਇਹ ਲੋਕ ਉਹ ਨੇ ਜਿਹੜੇ ਦੁਨੀਆ ਦੇ ਵਿੱਚ ਅੱਜ ਤੁਸੀਂ ਕਿਸੇ ਨੂੰ ਗਾਲਾਂ ਕੱਢ ਦਿਓ ਸੋਸ਼ਲ ਮੀਡੀਆ ਤੋਂ ਐਵੇਂ ਤੁਸੀਂ ਮਸ਼ਹੂਰ ਹੋ ਜਾਣਾ ਉਹਨੇ ਫਲਾਣੇ ਨੂੰ ਐਂ ਕਹਿ ਦਿੱਤਾ ਯਾਰ ਕਿਸੇ ਦੇ ਚੰਗੇ ਕੰਮ ਕਰਦਾ ਹੈ ਉਹਦੇ ਬਾਰੇ ਉਹਦੇ ਹੱਕ 'ਚ ਕਿਉਂ ਨਹੀਂ ਬੋਲਦੇ ਅੱਜ ਸੁਣਨ ਵਾਲੇ ਤਾਂ ਸਾਰੇ ਸੁਣਦੇ ਨੇ ਕੋਈ ਨਹੀਂ ਬੋਲ ਰਿਹਾ ਕੀ ਗੱਲ ਉਹਨਾਂ ਨੂੰ ਆਪਣੀ ਸਫਾਈ ਆਪ ਹੀ ਦੇਣੀ ਪਵੇਗੀ ਜੋ ਆਪ ਸਫਾਈ ਦੇਣਗੇ ਲੋਕਾਂ ਨੇ ਮੰਨਣਾ ਨਹੀਂ ਇਸ ਗੱਲ ਨੂੰ ਮੈਂ ਅੱਜ ਤੱਕ ਕਿਸੇ ਬਾਰੇ ਨਹੀਂ ਬੋਲਿਆ ਮੈਂ ਪਹਿਲੀ ਵਾਰੀ ਇਹ ਗੱਲ ਬੋਲ ਰਿਹਾ ਹੈ ਮੇਰੀ ਤੁਸੀਂ ਕੋਈ ਵੀ ਵੀਡੀਓ ਦੇਖ ਲਿਓ ਕੀਰਤਨ ਦੀ ਹੋਏਗੀ ਜਾਂ ਹਾਂ ਇੱਕ ਸੰਤਾਂ ਦਾ ਉੱਥੇ ਮਰਡਰ ਹੋਇਆ ਸੀ ਉਹਨਾਂ ਦੇ ਬਾਰੇ ਮੈਂ ਬੋਲਿਆ ਸੀਗਾ ਜਾਂ ਮੈਂ ਅੱਜ ਬੋਲ ਰਿਹਾ ਹੈ ਪਰ ਇਹਨਾਂ ਦੇ ਬਾਰੇ ਮੈਂ ਬੋਲਦਾ ਹੀ ਰਹੂੰਗਾ ਇਹਨਾਂ ਦੇ ਹੱਕ 'ਚ ਬੋਲੂੰਗਾ ਅਤੇ ਜਿੰਨੀ ਵੀ ਸੰਗਤ ਸਾਡੇ ਸੰਸਥਾਨ ਨਾਲ ਜੁੜੀ ਹੋਈ ਹੈ ਸਾਡੇ ਨਿਰਮਲ ਅਖਾੜੇ ਨਾਲ ਜੁੜੀ ਹੋਈ ਹੈ ਜਿੰਨਾ ਵੀ ਸਾਡਾ ਸੰਤ ਸਮਾਜ ਹੈ ਇਹਨਾਂ ਦੇ ਨਾਲ ਖੜਿਆ ਹੈ ਜਿੱਥੇ ਵੀ ਸਾਡੀ ਲੋੜ ਪਏਗੀ ਅਸੀਂ ਪੂਰੇ ਸੰਤ ਸਮਾਜ ਨੂੰ ਲੈ ਕੇ ਇਹਨਾਂ ਦੇ ਨਾਲ ਹਮੇਸ਼ਾ ਖੜੇ ਰਹਾਂਗੇ ਜੀ ਬਾਬਾ ਜੀ ਲਾਸਟ ਵਿੱਚ ਜਿਹੜੀ ਡੋਨੇਸ਼ਨ ਹੈ ਉਹਨਾਂ ਨੂੰ ਮੈਂ ਇੱਕ ਸਵਾਲ ਲਾਸਟ ਵਿੱਚ ਕਰਾਂ ਤੁਹਾਨੂੰ ਜਿਹੜੀ ਡੋਨੇਸ਼ਨ ਹੈ ਉਹ ਜ਼ਿਆਦਾਤਰ NRI ਵੀਰ ਉਹਨਾਂ ਨੂੰ ਕਰਦੇ ਨੇ NRI ਵੀਰਾਂ ਨੂੰ ਕੀ ਮਤਲਬ ਸੁਨੇਹਾ ਦੇਣਾ ਚਾਹੋਗੇ ਕੀ ਸੁਝਾਅ ਦੇਣਾ ਚਾਹੋਗੇ ਦੇਖੋ ਮੈਂ NRI ਵੀਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਵੀਰੋ ਕਿਸੇ ਦੀ ਭੜਕਾ ਦੇ ਵਿੱਚ ਨਹੀਂ ਆਉਣਾ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਤੁਸੀਂ ਇਹਨਾਂ ਨੂੰ ਡੋਨੇਸ਼ਨ ਦੇ ਰਹੇ ਹੋ ਤੁਸੀਂ ਦਿੰਦੇ ਰਹੋ ਅਤੇ ਸਤਿਗੁਰੂ ਤੁਹਾਡੇ ਕੰਮ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇਗਾ ਅਤੇ ਇਹਨਾਂ ਨੂੰ ਜਿਹੜੀਆਂ ਅਸੀਸਾਂ ਇੱਧਰੋਂ ਮਿਲ ਰਹੀਆਂ ਨੇ ਅਤੇ ਨਾਲ ਤੁਹਾਨੂੰ ਵੀ ਮਿਲ ਰਹੀਆਂ ਨੇ ਉਹ ਅਸੀਸ ਨੇ ਹਮੇਸ਼ਾ ਹੀ ਉੱਪਰ ਲੈ ਕੇ ਜਾਣਾ ਹੈ ਅਤੇ ਦੇਖੋ ਬਾਹਰਲੇ ਦੇਸ਼ ਦੇ ਡੋਨੇਸ਼ਨ ਮੈਂ ਨਹੀਂ ਕਹਿੰਦਾ ਵੀ ਇਹਨਾਂ ਨੂੰ ਸਾਰਿਆਂ ਨੂੰ ਹੀ ਡੋਨੇਸ਼ਨਾਂ ਹੁੰਦੀਆਂ ਨੇ ਇਹ ਜਿਹੜੇ ਗਲਤ ਬੋਲਦੇ ਨੇ ਪੈਸੇ ਉਹਨਾਂ ਨੂੰ ਵੀ ਮਿਲਦੇ ਹੋਣਗੇ ਵੀ ਤੁਸੀਂ ਇਹਨਾਂ ਤੋਂ ਖਿਲਾਫ ਬੋਲੋ ਉਹਨਾਂ ਨੂੰ ਵੀ ਪੈਸੇ ਮਿਲਦੇ ਹੋਣਗੇ ਪਰ ਜਿਹੜੇ ਡੋਨੇਸ਼ਨ ਜਿਨ੍ਹਾਂ ਦੇ ਘਰ ਬਣ ਰਹੇ ਨੇ ਉਹਨਾਂ ਨੂੰ ਜਾ ਕੇ ਪੁੱਛੋ ਵੀ ਤੁਹਾਡੇ ਘਰ ਬਣੇ ਨੇ ਜਿਨ੍ਹਾਂ ਦੇ ਆਪਰੇਸ਼ਨ ਹੋ ਰਹੇ ਨੇ ਜਿਨ੍ਹਾਂ ਨੂੰ ਸਾਂਭਿਆ ਹੈ ਉਹਨਾਂ ਨੂੰ ਜਾ ਕੇ ਪੁੱਛੋ ਉਹਨਾਂ ਦੇ ਹਿਰਦਿਆਂ ਨੂੰ ਜਾ ਕੇ ਪੁੱਛੋ ਕੀ ਕਹਿੰਦੇ ਨੇ
इस करके मैं सारे वीरां नूं इह गल कहिंदा है कि दब के इहनां दा साथ दिओ ते तुसीं साथ दोगे इहनां दा हौसला वधाओ क्योंकि नवीं उम्र दे बच्चे ने इह ते इहनां दा हौसला वधाओगे ते 10 जणियां नूं होर ऐसा होएगा कि असीं भी दुनिया दी हैल्प करिए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।